ਹਾਂਜੀ ਆ ਜਾਓ ਸਾਰੇ ਵੀਰ ਲਾਈਵ। ਅੱਜ ਕਿਸਾਨ ਵੀਰਾਂ ਵਾਸਤੇ ਆਪਾਂ ਗੱਲਾਂ ਕਰਾਂਗੇ, ਕਿਸਾਨਾਂ ਦੇ ਹੱਕ ਵਾਸਤੇ। ਅਤੇ ਲਾਈਵ ਸਟਾਰਟ ਹੋ ਰਿਹਾ ਲੈ ਆ ਨਹੀਂ ਰਹੇ। ਹਾਂ ਆ ਗਏ ਮੇਰੇ ਵੀਰ। ਸਾਰੇ ਵੀਰਾਂ ਅੱਗੇ ਬੇਨਤੀ ਹੈ ਕਿ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ। ਆਪਾਂ ਕਿਸਾਨਾਂ ਦੇ ਮੁੱਦੇ ਵਾਸਤੇ ਅੱਜ ਗੱਲ ਕਰਾਂਗੇ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮੇਰੀ ਗੱਲ ਸਾਰੇ ਭਰਾਵਾਂ ਅੱਗੇ ਔਰ ਸਰਕਾਰ ਅੱਗੇ ਪਹੁੰਚ ਸਕੇ। ਮਨੀਸ਼ ਰੰਧਾਵਾ, ਗੁਰੀ ਜੱਟ, ਸੰਧੂ, ਗੁਰਬੇਜ ਸਿੰਘ, ਢਿੱਲੋ ਸਾਹਿਬ, ਗੋਲਡੀ ਠਾਕੁਰ, ਕਿਰਪਾ ਗਿੱਲ, ਰਵੀ ਕੁਮਾਰ ਖਿੱਚਰ, ਕੀ ਹਾਲ ਸਰਪੰਚ ਸਾਹਿਬ? ਵਧੀਆ ਵੀਰ। ਚਰਨਜੀਤ ਸਿੰਘ, ਢਿੱਲੋ ਸਾਹਿਬ, ਢਿੱਲੋ ਸਾਹਿਬ ਕੀ ਹਾਲ ਚਾਲ ਨੇ? ਵੀਰ ਸ਼ੇਅਰ ਕਰ ਦਿਓ ਵੀਡੀਓ ਨੂੰ। ਸੁਲਤਾਨ ਪਿੰਡਰ, ਨਿਸ਼ਾਨ ਝੱਬਰ ਸਾਹਿਬ ਕੀ ਹਾਲ ਚਾਲ ਨੇ? ਸੁੱਖੀ ਢਿੱਲੋਂ, ਚਲੋ 30 ਜਣੇ ਹੋ ਗਏ ਲਾਈਵ, ਅਤੇ ਆਪਾਂ ਹੁਣ ਗੱਲਬਾਤ ਚਾਲੂ ਕਰਦੇ ਹਾਂ। ਦੋਸਤੋ ਪਿੱਛੇ ਜੇ ਹਰਿਆਣਾ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਵੀ ਜਿਹੜਾ ਵੀ ਕਿਸਾਨ ਪਰਾਲੀ ਨੂੰ ਧਾਨ ਦੀ ਨੂੰ ਅੱਗ ਲਾਏਗਾ ਉਹਦੇ 'ਤੇ ਅਸੀਂ ਪਰਚੇ ਦਰਜ ਕਰਾਂਗੇ। ਔਰ ਜਿਹੜੇ ਸਰਪੰਚ ਨੇ ਇਤਲਾਹ ਸਰਕਾਰ ਨੂੰ ਨਾ ਦਿੱਤੀ ਵੀ ਮੇਰੇ ਪਿੰਡ ਇਹ ਫਲਾਣਾ ਕਿਸਾਨ ਪਰਾਲੀ ਨੂੰ ਅੱਗ ਲਾ ਰਿਹਾ, ਉਹਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਏਗੀ। ਉਹਦੇ ਖਿਲਾਫ਼ ਅਸੀਂ ਧਰਨੇ ਪ੍ਰਦਰਸ਼ਨ ਵੀ ਕੀਤੇ। ਔਰ ਸਰਕਾਰ ਇਹ ਕਹਿੰਦੀ ਵੀ ਅਸੀਂ ਸੈਟੇਲਾਈਟ ਲਾ ਰੱਖੇ ਨੇ, ਜਿੱਥੇ ਵੀ ਕੋਈ ਕਿਸਾਨ ਅੱਗ ਲਾਏਗਾ ਸਾਨੂੰ ਪਤਾ ਲੱਗ ਜਾਏਗਾ, ਅਸੀਂ ਉਹਦੇ ਖਿਲਾਫ਼ ਪਰਚਾ ਦਰਜ ਕਰਾਂਗੇ। ਅਤੇ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਹਜ਼ਾਰਾਂ ਹੀ ਏਕੜ ਫਸਲ ਜ਼ਿਮੀਂਦਾਰਾਂ ਦੀ ਸੜ ਕੇ ਸਵਾਹ ਹੋ ਗਈ, ਜਿਨ੍ਹਾਂ ਕੋਲ ਰੋਜ਼ੀ ਰੋਟੀ ਦਾ ਹੋਰ ਕੋਈ ਸਾਧਨ ਨਹੀਂ ਸੀ, ਜਿਹੜੇ ਜ਼ਿਮੀਂਦਾਰਾਂ ਨੇ ਠੇਕੇ 'ਤੇ ਜ਼ਮੀਨ ਲੈ ਰੱਖੀ ਸੀ, ਉਹਨਾਂ ਦੀ ਕਣਕ ਸੜ ਗਈ, ਉਹ ਵਿਚਾਰੇ ਆਤਮ ਹੱਤਿਆ ਕਰਨ ਤੱਕ ਮਜਬੂਰ ਹੋ ਗਏ। ਹੁਣ ਸਰਕਾਰ ਦਾ ਸੈਟੇਲਾਈਟ ਕਿੱਥੇ ਗਿਆ? ਹੁਣ ਸਰਕਾਰ ਨੂੰ ਇਹ ਪਤਾ ਨਹੀਂ ਲੱਗਾ ਵੀ ਇਹ ਫਲਾਣੇ ਕਿਸਾਨ ਦੀ ਫਸਲ ਸੜ ਗਈ ਹੈ, ਅਤੇ ਸਾਡੇ ਅਫਸਰ ਉੱਥੇ ਜਾਣ ਅਤੇ ਉਹ ਜੋ ਉਹਨੂੰ ਮੁਆਵਜ਼ਾ ਦੇਣਾ ਹੈ ਜਾਂ ਉਹਦੀ ਹੈਲਪ ਕਰਨੀ, ਸਰਕਾਰ ਉਹਦੀ ਹੈਲਪ ਕਰੇ। ਜੇ ਪਰਾਲੀ ਨੂੰ ਜ਼ਿਮੀਂਦਾਰ ਅੱਗ ਲਾਉਂਦਾ ਹੈ ਉਦੋਂ ਤੋਂ ਉਹਦੇ 'ਤੇ ਪਰਚਾ ਕੀਤਾ ਜਾਂਦਾ, ਅਤੇ ਉਦੋਂ ਇਹਨਾਂ ਦਾ ਸੈਟੇਲਾਈਟ ਇਹਨਾਂ ਨੂੰ ਦੱਸ ਦਿੰਦਾ ਹੈ ਵੀ ਫਲਾਣੇ ਜ਼ਿਮੀਂਦਾਰ ਨੇ ਅੱਗ ਲਾਤੀ, ਜਾ ਕੇ ਉਹਦੀ ਰਸੀਦ ਕੱਟੋ। ਹੁਣ ਜਿਹੜੇ ਭਰਾਵਾਂ ਦੀ ਕਣਕ ਨੂੰ ਅੱਗ ਲੱਗੀ ਹੈ ਅਤੇ ਉਹ ਖੁਦ ਖੁਸ਼ੀਆਂ ਕਰਨ ਤੱਕ ਮਜਬੂਰ ਹੋ ਗਏ ਕਿਉਂਕਿ ਉਹ ਕਰਜ਼ੇ 'ਚ ਇੰਨੇ ਡੁੱਬ ਗਏ, ਪਰ ਸਰਕਾਰ ਨੇ ਕਿਸੇ ਵੀ ਜ਼ਿਮੀਂਦਾਰ ਨੂੰ ਜਾ ਕੇ ਹੌਂਸਲਾ ਦਿੱਤਾ ਵੀ ਅਸੀਂ ਤੇਰੀ ਇਹ ਮਦਦ ਕਰਾਂਗੇ ਵੀ ਤੇਰਾ ਨੁਕਸਾਨ ਹੋਇਆ। ਫੇਸਬੁੱਕ 'ਤੇ ਵੀ ਵਾਧੂ ਘੱਟ ਉਹਦੀਆਂ ਗੱਲਾਂ ਨੂੰ ਤਾਂ ਲੋਕ ਬਹੁਤ ਸ਼ੇਅਰ ਕਰਦੇ ਨੇ, ਔਰ ਪੇਜਾਂ ਵਾਲੇ ਵੀਰ ਵੀ ਉਹਨੂੰ ਬੜਾ ਚੱਕ ਦਿੰਦੇ ਨੇ, ਪਰ ਜਿੱਥੇ ਕਿਸਾਨ ਦਾ ਮੁੱਦਾ ਆਉਂਦਾ ਹੈ ਉੱਥੇ ਕੋਈ ਨਹੀਂ ਬੋਲਦਾ, ਜਿੱਥੇ ਕਿਸੇ ਦੇ ਹੱਕ ਦੀ ਲੜਾਈ ਲੜਨ ਦਾ ਮੁੱਦਾ ਆਉਂਦਾ ਹੈ ਉੱਥੇ ਕੋਈ ਨਹੀਂ ਬੋਲਦਾ, ਉਹਨੂੰ ਕੋਈ ਪੇਜਾਂ 'ਤੇ ਸ਼ੇਅਰ ਨਹੀਂ ਕਰਦਾ। ਔਰ ਵਾਧੂ ਘੱਟ ਉਹਦੀਆਂ ਗੱਲਾਂ ਨੂੰ ਐਵੇਂ ਚੱਕੀ ਫਿਰਨਗੇ ਜਿਹਦਾ ਕੋਈ ਮਤਬਲੀ ਨਹੀਂ। ਅਤੇ ਮੈਂ ਫਿਰ ਅਪੀਲ ਕਰਦਾ ਵੀ ਜਿੰਨਾ ਵੀ ਆਪਾਂ ਸੋਸ਼ਲ ਮੀਡੀਆ ਦਾ ਯੂਜ਼ ਕਰਦੇ ਹਾਂ ਵੱਧ ਤੋਂ ਵੱਧ ਕਿਸਾਨਾਂ ਦੇ ਹੱਕ ਦੇ ਵਿੱਚ, ਜਿਹੜੇ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਦੇ ਹੱਕ ਵਿੱਚ ਬੋਲਿਆ ਕਰੋ ਤਾਂ ਕਿ ਸਰਕਾਰ ਦੀਆਂ ਅੱਖਾਂ ਉੱਗੜਨ। ਆ ਗੁਰਜੰਟ ਸਿੰਘ ਵਰਗੇ ਸਾਰੀ ਦਿਹਾੜੀ ਫੇਸਬੁੱਕ 'ਤੇ ਭਕਾਈ ਕਰਦੇ ਰਹਿੰਦੇ ਨੇ, ਇਹਨਾਂ ਨੂੰ ਕੋਈ ਕੰਮ ਧੰਦਾ ਨਹੀਂ, ਫਲਾਣੇ ਸਿੰਗਰ ਨੇ ਆਹ ਕਰਤਾ, ਫਲਾਣੇ ਸਿੰਗਰ ਨੇ ਉਹ ਕਰਤਾ, ਇਹਨੂੰ ਅਸੀਂ ਇੰਜ ਕਰ ਦਿਆਂਗੇ, ਲੱਚਰਤਾ ਆ ਗਈ। ਉਹ ਭਲਿਓ ਮਾਨਸੋ, ਹੋਰ ਬਹੁਤ ਜ਼ਿਆਦਾ ਮੁੱਦੇ ਨੇ ਪੰਜਾਬ ਦੇ ਵਿੱਚ, ਪੰਜਾਬੀਆਂ ਵਾਸਤੇ ਇਸ ਦੇਸ਼ ਦੇ ਵਿੱਚ, ਜਿਨ੍ਹਾਂ 'ਤੇ ਆਪਾਂ ਬੋਲ ਸਕਦੇ ਹਾਂ। ਰੋਜ਼ ਅਖਬਾਰਾਂ 'ਚ ਖਬਰ ਆਉਂਦੀ ਹੈ ਅੱਜ ਇੰਨੇ ਸਾਲ ਦੀ ਕੁੜੀ ਨਾਲ ਗੈਂਗਰੇਪ ਹੋ ਗਿਆ, ਅੱਜ ਇੰਨੇ ਸਾਲ ਦੀ ਕੁੜੀ ਨੂੰ ਮਾਰ ਦਿੱਤਾ ਗਿਆ, ਇਹ ਕਦੀ ਬੋਲਦੇ ਨੇ ਉਸ ਮੁੱਦੇ 'ਤੇ? ਇੱਕ ਹੀ ਮੁੱਦਾ ਫੜਿਆ, ਬੱਬੂ ਮਾਨ ਦਾ ਨਾਂ ਲੈ ਦਿਓ ਤੁਸੀਂ ਮਸ਼ਹੂਰ ਹੋ ਜਾਓਗੇ, ਤੁਸੀਂ ਫਲਾਣੇ ਸਿੰਗਰ ਦਾ ਨਾਂ ਲੈ ਦਿਓ
ਝਾਦੀ ਚੜ੍ਹਾਈ ਹੋ ਜਾਏਗੀ, ਕੰਟਰੋਵਰਸੀ ਹੋ ਜਾਏਗੀ ਵੀ ਫਲਾਣਾ ਬੰਦਾ ਬੱਬੂ ਮਾਨ ਦੇ ਖਿਲਾਫ਼ ਬੋਲ ਗਿਆ, ਮਨਕੀਰਤ ਔਲਖ ਦੇ ਖਿਲਾਫ਼ ਬੋਲ ਗਿਆ। ਸਾਡਾ ਮੁੱਦਾ ਹੋਣਾ ਚਾਹੀਦਾ ਸਮਾਜ ਨਾਲ ਜੁੜਿਆ। ਠੀਕ ਹੈ, ਜੇ ਕੋਈ ਲੱਚਰ ਗਾਇਕੀ ਗਾਉਂਦਾ ਉਹਦੇ ਤੁਸੀਂ ਖਾੜੇ ਨਾ ਲਵਾਓ, ਉਹਦੇ ਤੁਸੀਂ ਗਾਣੇ ਨਾ ਸੁਣੋ, ਆਪ ਹੀ ਅਗਲਾ ਉਹ ਗਾਣੇ ਗਾਣੋ ਹਟ ਜਾਏਗਾ। ਜਦੋਂ ਤੁਸੀਂ ਉਹਦੀ ਬੁਕਿੰਗ ਨਾ ਕਰੋਗੇ ਤਾਂ ਆਪੇ ਉਹ ਚੰਗੇ ਗਾਣੇ ਗਾਏਗਾ। ਔਰ ਜੇ ਕੋਈ ਚੰਗਾ ਗਾਣਾ ਗਾਉਂਦਾ ਹੈ ਉਹਨੂੰ ਅਸੀਂ ਸੁਣਦੇ ਨੇ। ਅਤੇ ਵੀਰੋ, ਉਹ ਇਹਨਾਂ ਮੁੱਦਿਆਂ ਨੂੰ ਛੱਡ ਕੇ ਵਾਧੂ ਘਾਟੂਦਿਆਂ ਨੂੰ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰ ਦਿਉ, ਕਿਸਾਨਾਂ ਦੇ ਮੁੱਦੇ ਦੇ ਉੱਤੇ ਬੋਲੋ। ਮੈਂ ਜਗਦੀਪ ਰੰਧਾਵਾ, ਘੁੰਮਣ ਵੀਰ ਨੇ ਉਹਨਾਂ ਫੇਸਬੁੱਕ 'ਤੇ ਲਾਈਵ ਹੋ ਕੇ ਜਿਹੜੇ ਕਿਸਾਨ ਦੀ ਕਣਕ ਨੂੰ ਅੱਗ ਲੱਗੀ ਸੀ ਪੰਜਾਬ 'ਚ ਉਹਦੇ ਵਾਸਤੇ ਬੋਲੇ। ਔਰ ਕਿਸਾਨ ਦੀ ਸਾਰੇ ਜ਼ਿਮੀਂਦਾਰ ਭਰਾਵਾਂ ਨੇ, ਸਰਕਾਰ ਨੇ ਤਾਂ ਕੋਈ ਮਦਦ ਨਹੀਂ ਕੀਤੀ ਪਰ ਜ਼ਿਮੀਂਦਾਰ ਭਰਾਵਾਂ ਨੇ ਬਹੁਤ ਉਹਦੀ ਮਦਦ ਕੀਤੀ ਔਰ ਉਹਦਾ ਜੋ ਘਾਟਾ ਪਿਆ ਸੀ ਉਹਦਾ ਪੂਰਾ ਹੋ ਗਿਆ। ਔਰ ਉਹਨੇ ਵਿਚਾਰੇ ਨੇ, ਮੈਂ ਉਹਨੂੰ ਫਿਰ ਵੀ ਉਹਦਾ ਧੰਨਵਾਦ ਕਰਦਾ, ਉਹਨੇ ਲਾਈਵ ਹੋ ਕੇ ਕਿਹਾ ਵੀ ਜੋ ਮੈਨੂੰ ਘਾਟਾ ਪਿਆ ਸੀ ਮੇਰਾ ਪੂਰਾ ਹੋ ਗਿਆ, ਮੈਨੂੰ ਹੋਰ ਪੈਸੇ ਦੀ ਲੋੜ ਨਹੀਂ। ਤੁਸੀਂ ਜਿਹੜਾ ਹੋਰ ਪੈਸਾ ਦੇਣਾ ਚਾਹੁੰਦੇ ਜੇ, ਅਗਰ ਜੇ ਕਿਸੇ ਹੋਰ ਕਿਸਾਨ ਦਾ ਨੁਕਸਾਨ ਹੋਇਆ ਤਾਂ ਉਹਦੀ ਮਦਦ ਕਰੋ। ਅਤੇ ਇਹੋ ਜਿਹੇ ਮੁੱਦੇ ਫੇਸਬੁੱਕ 'ਤੇ ਚੱਕਿਆ ਕਰੋ ਦੋਸਤੋ। ਸਰਕਾਰਾਂ ਨੇ ਤੁਹਾਡਾ ਕੋਈ ਮਸਲੇ ਦਾ ਹੱਲ ਨਹੀਂ ਕਰਨਾ। ਜਿਸ ਤਰੀਕੇ ਨਾਲ ਉਹ ਕਿਸਾਨ ਦੀ ਸਾਰਿਆਂ ਹੈਲਪ ਕੀਤੀ ਹੈ, ਔਰ ਇਹ ਵੀ ਨਹੀਂ ਵੀ ਕਿਸੇ ਇੱਕ ਬੰਦੇ ਦੀ ਵੀਡੀਓ ਵਾਇਰਲ ਹੋ ਗਈ ਅਤੇ ਆਪਾਂ ਉਹਦੇ ਮਗਰ ਹੀ ਲੱਗੇ ਰਹੀਏ। ਹੋਰ ਵੀ ਬਹੁਤ ਕਿਸਾਨ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਨੇ। ਅਸੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਲੱਖ ਰੁਪਇਆ ਡਿਨੋਟ ਕਰੋ, 50,000 ਕਰੋ, 10,000 ਕਰੋ। ਜੇ ਕਿਸੇ ਗਰੀਬ 'ਤੇ ਇਲਾਜ ਦੀ ਜ਼ਰੂਰਤ ਹੈ ਕਿਸੇ ਨੂੰ, ਤੁਹਾਨੂੰ ਪਤਾ ਲੱਗਦਾ ਤੁਸੀਂ ਪਿੰਡ ਦੇ ਵਿੱਚ 15-20 ਮੁੰਡਿਆਂ ਦਾ ਗਰੁੱਪ ਬਣਾਓ, ਕੋਈ 1,000-1,000 ਰੁਪਇਆ ਵੀ ਤੁਸੀਂ ਇਕੱਠਾ ਕਰੋਗੇ ਤਾਂ 20 ਬੰਦੇ 20,000 ਰੁਪਇਆ ਇਕੱਠਾ ਹੋ ਜਾਏਗਾ ਔਰ ਉਹਦੀ ਮਦਦ ਹੋ ਜਾਏਗੀ। ਸਾਡੇ ਪਿੰਡ ਪਿੱਛੇ ਜੇ ਇੱਕ ਮੁੰਡੇ ਦਾ ਐਕਸੀਡੈਂਟ ਹੋ ਗਿਆ, ਉਹਦੇ ਘਰ ਦੀ ਹਾਲਤ ਠੀਕ ਨਹੀਂ ਸੀ। ਪੰਚਾਇਤ ਵਾਲਿਆਂ ਅਤੇ ਯੁਵਾ ਸਪੋਰਟਸ ਕਲੱਬ ਵਾਲਿਆਂ ਨੇ ਰੁਪਈਏ ਇਕੱਠੇ ਕਰਕੇ ਉਹਦਾ ਇਲਾਜ ਕਰਾਇਆ ਔਰ ਅੱਜ ਉਹ ਵੀ ਠੀਕ ਹੈ ਔਰ ਉਹਦੇ ਘਰ ਦੇ ਵੀ ਖੁਸ਼ ਨੇ। ਔਰ ਜੇ ਉਹਨੂੰ ਇਲਾਜ 'ਤੇ 1,00,000 ਰੁਪਇਆ ਘਰੋਂ ਲਾਉਣਾ ਪੈਂਦਾ ਤਾਂ ਉਹ ਵਿਚਾਰਿਆਂ ਕੋਲ ਤਾਂ ਅੱਗੇ ਮਰਲਾ ਪੈਲੀ ਨਹੀਂ, ਉਹ ਕਿੱਥੋਂ ਲਾ ਸਕਦੇ ਸਨ। ਇਹੋ ਜਿਹੇ ਸਮਾਜ ਵਾਲੇ ਕੰਮ ਕਰੋ ਔਰ ਜਿਹੜਾ ਸੋਸ਼ਲ ਮੀਡੀਆ ਹੈ ਉਹਦੀ ਸਹੀ ਵਰਤੋਂ ਕਰੋ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਤੇ ਮੈਂ ਫਿਰ ਕਹਿਣਾ ਚਾਹੁੰਦਾ ਵੀ ਜਿਹੜੇ ਸਾਰੀ ਦਿਹਾੜੀ ਵਿਹਲੇ ਲਾਈਵ ਹੋ ਕੇ ਐਵੇਂ ਬੇਤੁੱਕੀਆਂ ਗੱਲਾਂ ਕਰਦੇ ਰਹਿੰਦੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ। ਜੇ ਕੋਈ ਗੱਲ ਕਰਨੀ ਹੈ ਕਿਸੇ ਮੁੱਦੇ 'ਤੇ ਕਰੋ ਜਿਹੜਾ ਸਮਾਜਿਕ ਮੁੱਦਾ। ਇਹ ਨਹੀਂ ਵੀ ਆਪਣੀ ਪਬਲਿਕ ਸਿਟੀ ਵਾਸਤੇ ਕਿਸੇ ਸਿੰਗਰ ਦਾ ਨਾਂ ਲੈ ਕੇ ਹਿੱਟ ਹੋ ਜਾਓ ਜਾਂ ਕੁਛ। ਗਰੀਬਾਂ ਦੀ ਮਦਦ ਕਰੋ ਯਾਰ, ਜਿਹੜੇ ਜ਼ਿਮੀਂਦਾਰ ਨੇ ਜਿਹੜੇ ਅੱਜ ਖੁਦ ਖੁਸ਼ੀਆਂ ਕਰਨ ਨੂੰ ਮਜਬੂਰ ਹੋਏ ਨੇ। ਜੇ ਮੰਨ ਲਓ ਕਿਸੇ ਜ਼ਿਮੀਂਦਾਰ ਦੀ 3 ਏਕੜ ਫਸਲ ਮੱਚ ਗਈ ਹੈ, ਜੇ ਆਪਾਂ 500-500 ਰੁਪਇਆ ਵੀ ਇਕੱਠਾ ਕਰੀਏ, 200-200 ਰੁਪਇਆ ਵੀ ਇਕੱਠਾ ਕਰੀਏ ਤਾਂ ਆਪਾਂ ਉਹਦਾ ਹੱਕ ਪੂਰਾ ਕਰ ਸਕਦੇ ਹਾਂ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ। ਅਤੇ ਬਸ ਮੇਰੀ ਤਾਂ ਤੁਹਾਡੇ ਅੱਗੇ ਇਹ ਬੇਨਤੀ ਹੈ ਵੀ ਕਿਸਾਨ ਦੀ ਅੱਜ ਹਾਲਤ ਬਹੁਤ ਬੁਰੀ ਹੈ। ਹਰੇਕ ਬੰਦੇ ਨੂੰ ਉਹਦੇ ਜਿਹੜੀ ਚੀਜ਼ ਉਹ ਖਰੀਦਦਾ ਵੇਚਦਾ ਉਹਦੇ ਪ੍ਰਾਈਜ਼ ਦਾ ਪਤਾ। ਮੰਡੀਆਂ ਦੇ ਵਿੱਚ ਸਬਜ਼ੀ ਕਿਸਾਨ ਵੇਚਣ ਜਾਂਦਾ ਉਹਨੂੰ ਨਹੀਂ ਪਤਾ ਮੇਰੀ ਕੀ ਰੇਟ ਵਿਕੇਗੀ। ਉਹ 6 ਮਹੀਨੇ ਸਬਜ਼ੀ ਪਾਲਦਾ ਹੈ ਪਰ ਜਿਹੜਾ ਉਹਦੇ ਤੋਂ ਖਰੀਦਦਾ ਹੈ ਉਹ 1 ਘੰਟੇ ਦੇ ਵਿੱਚ ਉਹਦੀ ਦੁੱਗਣੀ ਪ੍ਰਾਫਿਟ ਵੱਟ ਲੈਂਦਾ। ਪਰ ਜ਼ਿਮੀਂਦਾਰ ਨੂੰ ਨਹੀਂ ਪਤਾ ਮੇਰੀ ਬਾਸਮਤੀ ਕਿਹੜੇ ਰੇਟ ਵਿਕੇਗੀ, ਮੇਰੀ ਕਣਕ ਕਿਸ ਰੇਟ ਵਿਕੇਗੀ। ਔਰ ਸਰਕਾਰ ਨੂੰ ਵੀ ਇਹ ਚਾਹੀਦਾ ਹੈ ਕਿ ਜੋ ਫਸਲ ਦੇ ਉੱਤੇ ਖਰਚਾ ਆਉਂਦਾ ਜ਼ਿਮੀਂਦਾਰ ਦਾ 1 ਏਕੜ ਦੇ ਵਿੱਚ, ਮੰਨ ਲਓ ਜੇ ਉਹਦਾ 20,000 ਖਰਚਾ ਆਉਂਦਾ ਹੈ ਅਤੇ ਉਹਦੀ ਫਸਲ ਘੱਟ ਤੋਂ ਘੱਟ 60-70,000 ਦੀ ਕਿੱਲੇ ਦੀ ਫਸਲ ਦਾ ਉਹਦਾ ਰੇਟ ਉਹਨੂੰ ਮਿਲਣਾ ਚਾਹੀਦਾ ਤਾਂ ਜਾ ਕੇ ਉਹਦੀ ਭਰਪਾਈ ਹੁੰਦੀ ਹੈ ਅਤੇ ਉਹ ਆਪਣੇ ਬੱਚਿਆਂ ਦਾ ਪੇਟ ਪਾਲ ਸਕਦਾ। ਮੁੱਦੇ ਹੋਰ ਵੀ ਨੇ ਬਹੁਤ ਬੋਲਣ ਵਾਲੇ ਪਰ ਅੱਜ ਮੈਂ ਸਿਰਫ ਇਸੇ ਮੁੱਦੇ 'ਤੇ ਬੋਲਾਂਗਾ। ਅਤੇ ਹਾਂ, ਰੂਪ ਭੁੱਲਰ, ਸੁਰਜੀਤ ਖੰਭ,
ਐਡਵੋਕੇਟ ਸਤਨਾਮ ਸਿੰਘ ਲਾਡੀ ਕੌਲ ਵੀਰੇ, ਵੀਡੀਓ ਨੂੰ ਜੇ ਤੈਨੂੰ ਮੇਰੀ ਕੋਈ ਗੱਲ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।